ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਡਾ ਪਿੰਡ ਵਿਖੇ ਪੋਸ਼ਣ ਮੇਲਾ ਲਗਾਇਆ ਗਿਆ, ਜਿਸ ਵਿੱਚ ਡਿਪਟੀ ਕਮਿਸ਼ਨਰ ਸ਼ਿਵਦਿਲਾਸ ਸਿੰਘ ਢਿੱਲੋਂ ਮੁੱਖ ਮਹਿਮਾਨ ਸਨ ਅਤੇ ਉਹਨਾਂ ਆਖਿਆ ਕਿ ਸਾਨੂੰ ਸਾਰਿਆਂ ਨੂੰ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਵਧੀਆ ਖਾਣੇ ਅਤੇ ਪੌਸ਼ਟਿਕ ਆਹਾਰ ਲੈਣੇ ਚਾਹੀਦੇ ਹਨ ਤਾਂ ਜੋ ਅਸੀਂ ਆਪਣੇ ਆਪ ਨੂੰ ਬਿਮਾਰੀਆਂ ਤੋਂ ਬਚਾ ਸਕੀਏ। ਇਸ ਮੌਕੇ ਸਹਾਇਕ ਕਮਿਸ਼ਨਰ ਅਲਕਾ ਕਾਲੀਆ, CMO ਡਾਕਟਰ ਹਰਦੀਪ ਸਿੰਘ ਕਈ, DEO ਸਰਵਿੰਦਰ ਸਿੰਘ ਸਮਰਾ, ਡਿਪਟੀ DEO ਐਲੀਮੈਂਟਰੀ ਰੇਖਾ ਮਹਾਜਨ ਸਮੇਤ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ ਅਤੇ ਇਸ ਮੌਕੇ ਬੱਚਿਆਂ ਵਿੱਚ ਡਰਾਇੰਗ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂ ਬੱਚਿਆਂ ਵਿੱਚ ਇਨਾਮ ਵੰਡੇ ਗਏ। ਅੱਜ ਹੀ ਅੰਮ੍ਰਿਤਸਰ ਦੇ ਵਿੱਚ ਇੱਥੇ ਸਾਡੇ ਪਿੰਡ ਦੇ ਵਿੱਚ ਪੋਸ਼ਣ ਮੇਲਾ ਆਯੋਜਿਤ ਕੀਤਾ ਗਿਆ ਹੈਗਾ। ਇਹ ਜਿਹੜਾ ਪੋਸ਼ਣ ਮਾਹ ਚੱਲ ਰਿਹਾ ਉਸ ਦੇ ਦੌਰਾਨ ਇਹ ਮੇਲਾ ਇੱਥੇ ਔਰਗਨਾਈਜ਼ ਕੀਤਾ ਗਿਆ ਔਰ ਉਹਦੇ ਵਿੱਚ ਤੁਸੀਂ ਵੇਖਿਆ ਵੀ ਇੱਥੇ ਬੱਚਿਆਂ ਨੇ, ਲੇਡੀਜ਼ ਨੇ, ਆਂਗਨਵਾੜੀ ਵਰਕਰਸ ਨੇ, ਸਾਰਿਆਂ ਨੇ ਬੜਾ ਵੱਧ ਚੜ੍ਹ ਕੇ ਹਿੱਸਾ ਲਿਆ ਹੈਗਾ ਔਰ ਇਹਦਾ ਬੇਸਿਕ ਪਰਪਸ ਇਹੀ ਹੈ ਜੀ, ਇਹ ਸੁਨੇਹਾ ਘਰ ਘਰ ਪਹੁੰਚਾਉਣਾ, ਹਰੇਕ ਘਰ ਦੇ ਵਿੱਚ ਇਹ ਮੈਸੇਜ ਦੇਣਾ ਕਿ ਜਿਹੜਾ ਪੋਸ਼ਣ ਹੈਗਾ, ਸਹੀ ਪੋਸ਼ਣ ਹੈ, ਉਹ ਬੱਚੇ ਦੀ ਜ਼ਿੰਦਗੀ ਲਈ, ਉਹਦੀ ਸਿਹਤ ਦੇ ਲਈ ਕਿੰਨਾ ਜ਼ਰੂਰੀ ਹੈ। ਖਾਸ ਕਰਕੇ ਜਿਹੜੇ ਪਹਿਲੇ 1000 ਦਿਨ ਉਹਦੀ ਲਾਈਫ ਦੇ ਹੁੰਦੇ ਆ, ਜਿਹਦੇ ਵਿੱਚ ਕਿ ਮਾਂ ਦੇ ਗਰਭ ਦਾ ਸਮਾਂ ਜਿਹੜਾ ਉਹ ਵੀ ਵਿੱਚ ਮਿਲਾ ਕੇ ਤਕਰੀਬਨ 2 ਸਾਲ ਦੀ ਉਮਰ ਤੱਕ ਜਦ ਬੱਚਾ ਹੁੰਦਾ, ਜੇ ਉਸਨੂੰ ਸਹੀ ਖੁਰਾਕ, ਸਹੀ ਪੋਸ਼ਣ, ਸਹੀ ਮਾਤਰਾ ਦੇ ਵਿੱਚ ਸਹੀ ਮਿਲਦਾ ਤਾਂ ਉਹਦੀ ਸਾਰੀ ਜਿਹੜੀ ਜ਼ਿੰਦਗੀ ਹੈ ਉਹ ਬੜੀ ਤੰਦਰੁਸਤ ਔਰ ਬਹੁਤ ਵਧੀਆ ਹੁੰਦੀ ਹੈ। ਇਹ ਜਿਹੜਾ ਪੋਸ਼ਣ ਮਾਹ ਦਾ ਇੱਕ ਅਭਿਆਨ ਹੈਗਾ ਔਰ ਨਾਲ ਹੀ ਜਿਹੜਾ ਤੰਦਰੁਸਤ ਪੰਜਾਬ ਦਾ ਮਿਸ਼ਨ ਹੈਗਾ ਉਹਦੇ ਤਹਿਤ ਇਹ ਕੀਤਾ ਜਾ ਰਿਹਾ। ਜਿਹੜਾ ਪੋਸ਼ਣ ਅਭਿਆਨ ਦਾ ਜਿਹੜਾ ਇੱਕ ਮੇਲਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ, ਹੈਲਥ ਡਿਪਾਰਟਮੈਂਟ ਔਰ ਵੂਮੈਨ ਐਂਡ ਚਾਈਲਡ ਡਿਵੈਲਪਮੈਂਟ ਡਿਪਾਰਟਮੈਂਟ, ਐਜੂਕੇਸ਼ਨ ਡਿਪਾਰਟਮੈਂਟ, ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਮੇਲਾ ਜਿਹੜਾ ਇੱਥੇ ਲਗਾਇਆ ਗਿਆ। ਇਸ ਮੇਲੇ ਦਾ ਮੁੱਖ ਮੰਤਵ ਹੈ ਵੀ ਲੋਕਾਂ ਨੂੰ ਜਿਹੜਾ ਅਵੇਅਰਨੈਸ ਕਰਾਉਣੀ ਵੀ ਚੰਗਾ ਖਾਣਾ ਖਾਣਾ, ਜ਼ਰੂਰੀ ਨਹੀਂ ਕਿ ਮਹਿੰਗਾ ਖਾਣਾ ਖਾ ਕੇ ਜਿਹੜਾ ਜ਼ਿਆਦਾ ਵਧੀਆ ਮਿਲਦਾ, ਜਿਹੜਾ ਸੀਜ਼ਨਲ ਫਰੂਟ, ਜਿਹੜਾ ਛਿਲਕੇ ਵਾਲੀਆਂ ਸਬਜ਼ੀਆਂ, ਦਾਲਾਂ, ਇਹ ਜਿਹੜਾ ਲੋਕਾਂ ਦਾ ਅੱਜ ਕੱਲ੍ਹ ਫਾਸਟ ਫੂਡ ਦਾ ਟ੍ਰੈਂਡ ਬੱਚਿਆਂ ਦੇ ਵਿੱਚ ਹੈਗਾ, ਉਹਨੂੰ ਰੋਕਣ ਦੀ ਜ਼ਰੂਰਤ ਹੈ। ਇਹ ਸਾਰਿਆਂ ਜਿਹੜੇ ਸਾਰੇ ਵਾਸਤੇ ਜਿਹੜੀ ਹੈ ਅੱਛਾ ਫੂਡ ਖਾਣ ਵਾਸਤੇ ਜਿਹੜੀ ਅਵੇਅਰਨੈਸ ਵਾਸਤੇ ਲਗਾਇਆ ਗਿਆ।